सो गाइस इथे एक बहुत वधिया चीज आपां नूं वेखण नूं मिली है बट आ बहुत वधिया ना है तुहाडा कोल हाय बेबी वेंदी बड़ा भैड़ा मेरे वाला भाई नवी भाई वधिया वधिया और भाई ठीक ठाक जी करदी क्लास जॉब करते जे हां जी पहले क्यों नहीं बने मैं हुण टिकट ले ली है कि ਇਥੋਂ ਪਤਾ ਲੱਗਦਾ ਵੀ ਕਬੂਤਰ ਵੀ ਦੋ ਹੋ ਗਏ ਆ ਅਸੀਂ ਅਜੇ ਵੀ ਸਿੰਗਲ ਹੀ ਆ ਬਹੁਤ ਵਧੀਆ ਥੈਂਕ ਯੂ ਆਂਟੀਆਂ ਲਾ ਰਹੀਆਂ ਐ ਮੱਕੀ ਦੀ ਰੋਟੀ ਦੇ ਸਾਗ ਮਤਲਬ ਕਿ ਰੀਅਲ ਲਾਈਫ ਦੇ ਵਿੱਚ ਵੀ ਜਨਾਨੀਆਂ ਤੰਗ ਘਰ ਵਾਲਿਆਂ ਤੋਂ ਤੇ ਇਥੇ ਸਟੈਚੂ ਚ ਵੀ ਤੰਗ ਨੇ ਜਿਹੜਾ ਹਾਂਜੀ ਓਏ ਆਪਾਂ ਸਾਰੇ ਅੱਜ ਆਰਟਿਸਟ ਇਕੱਠੇ ਹੋਏ ਆ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਲਵਲੀ ਕੋਹਾਲੀ ਦੇ ਵਿੱਚ ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦਾ ਵਲੌਗ ਬੜਾ ਹੀ ਖਾਸ ਹੈ ਅੱਜ ਮੈਂ ਜਾ ਰਿਹਾ ਅੰਮ੍ਰਿਤਸਰ ਸਾਡਾ ਪਿੰਡ ਵੇਖਣ ਸੋ ਉੱਥੇ ਜਾ ਕੇ ਵੇਖਦੇ ਆ ਟਿਕਟ ਕਿੰਨੀ ਅੰਦਰ ਐਂਟਰੀ ਦੀ ਤੇ ਖਾਣ ਪੀਣ ਲਈ ਕੀ ਦਿੰਦੇ ਨੇ ਨਾਲ ਤੇ ਲਿਆਉਣ ਲਈ ਘਰ ਕੀ ਦਿੰਦੇ ਨੇ ਨਾਲ ਸੌਰੀ ਲਿਆਉਣ ਲਈ ਘਰ ਉਹਨਾਂ ਨੇ ਕੀ ਦੇਣਾ ਸੱਚ ਵਲੌਗ ਨਾਲ ਜੁੜੇ ਰਹੋ ਮੈਂ ਹੁਣ ਜਾ ਕੇ ਤੁਹਾਨੂੰ ਉੱਥੇ ਮਿਲਦਾ ਆ ਓਕੇ ਬਾਏ ਟਾਟਾ ਸੱਚ ਨਹੀਂ ਕਰਨੀ ਵਲੌਗ ਵੇਖੋ ਪੂਰਾ ਅੱਜ ਤੱਕ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰਿਓ ਤੇ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਕਿਦਾਂ ਲੱਗਾ ਵਲੌਗ ਸੋ ਗਾਇਸ ਚਲੋ ਜੀ ਅੱਗੇ ਉੱਥੇ ਮਿਲਦੇ ਆ ਨੌਲੇਜ ਲਈ ਦੱਸ ਦਵਾਂ ਕਿ ਜਦੋਂ ਅੰਮ੍ਰਿਤਸਰੋਂ ਆਪਾਂ ਅਟਾਰੀ ਬਾਰਡਰ ਵਾਲੀ ਸਾਈਡ ਨੂੰ ਜਾਈਦਾ ਆ ਵਾਗਾ ਬਾਰਡਰ ਵਾਲੀ ਸਾਈਡ ਨੂੰ ਜਾਈਦਾ ਆ ਉਹ ਹਾਈਵੇ ਦੇ ਉੱਪਰ ਇਹ ਸਾਡਾ ਪਿੰਡ ਆਉਂਦਾ ਜਦੋਂ ਜਾਈਦਾ ਆ ਆਉਣ ਲੱਗਿਆ ਨਹੀਂ ਆਉਣ ਲੱਗਿਆ ਖੱਬੇ ਹੱਥ ਜਾਣ ਲੱਗਿਆ ਸੱਜੇ ਹੱਥ ਸੋ ਮੈਂ ਤੁਹਾਨੂੰ ਹੁਣ ਲੋਕੇਸ਼ਨ ਥੋੜੀ ਜਿਹੀ ਵਿਖਾ ਦਿੰਦਾ ਮੈਂ ਪਹੁੰਚ ਚੁੱਕਾ ਉੱਥੇ ਜੀ ਇਹ ਮੈਂ ਆਇਆ ਮਤਲਬ ਕਿ ਅੰਮ੍ਰਿਤਸਰ ਵਾਲੀ ਸਾਈਡ ਤੋਂ ਠੀਕ ਹੈ ਇਹ ਸਿੱਧੇ ਹੀ ਰੋਡ ਜਿਹੜੀ ਆ ਇਹ ਜਾਂਦੀ ਆ ਅਟਾਰੀ ਬਾਰਡਰ ਠੀਕ ਹੈ ਜੀ ਤੇ ਇਹ ਆਪਾਂ ਪਹੁੰਚ ਚੁੱਕੇ ਆ ਸਾਡਾ ਪਿੰਡ ਮਤਲਬ ਨਾਮ ਬਹੁਤ ਸੋਹਣਾ ਹੈ ਸਾਡਾ ਪਿੰਡ ਮਤਲਬ ਕਿ ਏਦਾਂ ਲੱਗਦਾ ਕਿ ਅਸੀਂ ਆਪਣੇ ਪਿੰਡ ਆ ਚੁੱਕੇ ਆ ਸੋ ਦੇਖਦੇ ਆ ਅੰਦਰ ਕੀ ਸਿਸਟਮ ਹੈ ਕੀ ਨਹੀਂ ਉਹ ਅੰਕਲ ਜੀ ਕਿਤੇ ਨਾ ਨਾ ਕਰ ਦਿਓ ਸੋ ਨਹੀਂ ਨਹੀਂ ਕਹਿਣ ਦਾ ਜਾ ਪੁੱਤ ਸੋ ਜਾ ਰਹੇ ਅੱਛਾ ਇੱਥੇ ਲਾਉਣੀ ਆ ਇੱਥੇ ਲਾ ਦਿੰਦੇ ਓਕੇ ਇੱਧਰ ਆਪਾਂ ਗੱਡੀ ਕਰਾਂਗੇ ਪਾਰਕ ਇੱਥੇ ਕਰ ਦਿੰਦੇ ਆ ਸੋ ਪਾਰਕਿੰਗ ਫ੍ਰੀ ਆ ਜੀ ਬਹੁਤ ਖੁਸ਼ੀ ਹੁੰਦੀ ਹੈ ਜਿੱਥੇ ਪਾਰਕਿੰਗ ਫ੍ਰੀ ਮਿਲਦੀ ਆ ਪਾਰਕਿੰਗ ਗੱਡੀ ਕਰ ਦਿੱਤੀ ਹੋਈ ਆ ਤੇ ਮਤਲਬ ਕਿ ਕਾਫੀ ਬਾਹਰੋਂ ਤੇ ਸੋਹਣਾ ਆ ਪਾਰਕਿੰਗ ਪੂਰਕਿੰਗ ਵਾਵਾ ਸੋਹਣੀ ਆ ਇਹ ਗੱਡੀਆਂ ਵਾਲੀ ਜਗ੍ਹਾ ਇੱਥੇ ਗੱਡੀਆਂ ਗੁੜੀਆਂ ਲੱਗਦੀਆਂ ਤੇ ਆਪਾਂ ਚੱਲਦੇ ਆ ਗੱਡੀ ਲਾ ਕੇ ਦੂਸਰੀ ਸਾਈਡ ਅੰਦਰ ਨੂੰ ਇੱਥੇ ਲਿਖਿਆ ਹੋਇਆ ਏ ਸਾਡਾ ਪਿੰਡ ਦੇ ਖਾਸ ਨਜ਼ਾਰੇ ਮਤਲਬ ਕਿ ਤੁਸੀਂ ਦੇਖ ਸਕਦੇ ਇੱਥੇ ਕਿਸਾਨ ਘਰ ਫੁਲਕਾਰੀ ਘਰ ਨੰਬਰਦਾਰ ਘਰ ਮਤਲਬ ਘਰ ਬਣੇ ਹੋਏ ਨੇ ਠੀਕ ਹੈ ਸਰਪੰਚ ਦਾ ਸੰਗੀਤਕਾਰ ਫੋਟੋਗ੍ਰਾਫਰ ਪੁਰਾਣੇ 올ਡ ਸਮੇਂ ਦੇ ਵਿੱਚ ਜਿਹੜੇ ਹੁੰਦੇ ਸੀ ਤੇ ਸੋ ਆਪਾਂ ਦੇਖਦੇ ਆ ਜੋ ਬਾਹਰ ਲਿਖਿਆ ਹੋਇਆ ਆ ਇਹ ਸਾਰੀਆਂ ਫੈਸਿਲਿਟੀਆਂ ਆਈ ਥਿੰਕ 48 ਫੈਸਿਲਿਟੀਆਂ ਟਾਈਪ ਦੀਆਂ ਜੋ ਵੀ ਵਿਖਾਉਂਦੇ ਆ ਵਿੱਚੋਂ ਮੇਰੇ ਸਾਹਮਣੇ 41 ਨੰਬਰ ਇਹਨਾਂ ਨੇ ਕੱਟ ਹੀ ਛੱਡਿਆ ਉਹ ਤੇ ਚਿੱਟੀ ਕਲੀਨ ਚਿੱਟ ਲਈ ਆ ਤੇ ਇਹ 48 ਜਿਹੜੀਆਂ ਰਿਕੁਆਇਰਮੈਂਟਾਂ ਵੇਨੇ ਆਏ ਭਲਾ ਅੰਦਰ ਆਪਾਂ ਨੂੰ ਮਿਲਦੀਆਂ ਆ ਚਲੋ ਜੀ ਆ ਜਾਓ ਟਿਕਟ ਘਰ ਹੈਗਾ ਇੱਧਰ 48 ਫੈਸਿਲਿਟੀਆਂ ਲਿਖੀਆਂ ਹੋਈਆਂ ਆ ਬੋਰਡ ਤੇ ਸੇਮ ਉਹੀ ਹੋਣਗੀਆਂ ਓਕੇ ਤੇ ਵਿੱਚ ਖਾਣਾ ਇਨਕਲੂਡ ਆ ਹਾਂਜੀ ਵੀਰੇ ਇੱਕ ਟਾਈਮ ਦਾ ਖਾਣਾ ਉਹ ਜਦੋਂ ਕਦੋਂ ਤੱਕ ਖਾ ਸਕਦੇ ਆ 10 ਵਜੇ ਤੱਕ ਚੱਲਦਾ ਕੁਆਂਟੀਟੀ ਜਦੋਂ ਮਰਜ਼ੀ ਕਰ ਓਕੇ ਚਲੋ ਠੀਕ ਹੈ ਇੱਥੇ ਦੋ ਹਲੋ ਟਿਕਟਾਂ ਵਗੈਰਾ ਲੈ ਲਈਆਂ ਹੋਈਆਂ ਆ ਭਾਈ ਨਵੀਂ ਬਣੀ ਵਧੀਆ ਵਧੀਆ ਹੋਰ ਭਾਈ ਠੀਕ ਠਾਕ ਆ ਜੀ ਚੜ੍ਹਦੀ ਕਲਾ ਜੋਬ ਕਰਦੇ ਜੇ ਹਾਂਜੀ ਪਹਿਲੇ ਕਿਉਂ ਨਹੀਂ ਬਣੇ ਮੈਂ ਹੁਣ ਟਿਕਟ ਲੈ ਲਈ ਆ ਓ ਭਾਈ ਮਾਰੋ ਮੁਝੇ ਮਾਰੋ ਮਾਰੋ ਮੁਝੇ ਮਾਰੋ ਮਾਰੋ ਆਸਰ ਰੱਖੋ ਨਹੀਂ ਇਹ ਮਜ਼ਾਕ ਹੋ ਰਿਹਾ ਹੈ ਟਿਕਟ ਮਿਲ ਗਈ ਹੋਈ ਆ ਤੇ ਆ ਬੈਂਡ ਵਗੈਰਾ ਆ ਤੇ ਸੋ ਕਾਫੀ ਅੰਦਰ ਓ ਵਾਓ ਪੁਰਾਣੇ ਰਿਵਾਜ ਦੀ ਗੱਡੀ ਜੀ ਦੇਖਣ ਨੂੰ ਮਿਲੀ ਆਪਾਂ ਨੂੰ ਠੀਕ ਹੈ ਮੈਂ ਤੁਹਾਨੂੰ ਦਿਖਾ ਦਾਂ ਚੱਲਦੀ ਤੇ ਨਹੀਂ ਮੇਰੇ ਹਿਸਾਬ ਨਾਲ ਇੱਧਰਲੀ ਸਾਈਡ ਤੇ ਆ ਰਹੀ ਹੈ ਤੇ ਇੱਧਰ ਸ਼ਾਪਸ ਵਗੈਰਾ ਉਹ ਬੰਦ ਆ ਤੇ ਬਗੀਚਾ ਉੱਧਰ ਤੇ ਇੱਧਰ ਅੰਦਰ ਚੱਲਦੇ ਹੁਣ ਆਪਾਂ ਜਾ ਰਹੇ ਆਪਾਂ ਅੰਦਰ ਐਂਟਰ ਸੋ ਗਾਇਸ ਆਪਾਂ ਟਿਕਟ ਲੈ ਲਈ ਹੋਈ ਆ ਤੇ ਉਹਨਾਂ ਨੇ ਇੱਕ ਬੈਂਡ ਜਿਹਾ ਦੇਤਾ ਇਹ ਮੇਰੇ ਹਿਸਾਬ ਨਾਲ ਗੁੱਟ ਤੇ ਪਾਉਣਾ ਆ ਕਿਉਂਕਿ ਇੱਥੋਂ ਪਤਾ ਲੱਗਦਾ ਹੋਊਗਾ ਵੀ ਇਹਨਾਂ ਨੇ ਪੈਸੇ ਦਿੱਤੇ ਟਿਕਟ ਦੇ ਹਨਾ ਤੇ ਇੱਧਰ ਤੇ ਹੁੰਦਾ ਹੈ ਐਂਟਰ ਅੱਜ ਮਟਕਿਆਂ 'ਚ ਪਾਣੀ ਨਿਕਲਦਾ ਪਿਆ ਤੇ ਅੱਜ ਗਰਮੀ ਵੀ ਬੜੀ ਹੈ ਤੇ ਜੀ ਕਰਦਾ ਨਹਾ ਲਈਏ ਬਟ ਵਸ ਨਹੀਂ ਚੱਲਦਾ ਕਾਫੀ ਖੁੱਲ੍ਹਾ ਅੰਦਰ ਸਕਦੇ ਹੋ ਮਤਲਬ ਉਹ ਤੁਹਾਡਾ ਭਲਾ ਜੇ ਆਹ ਸਾਈਕਲ ਕੌਣ ਚਲਾਉਂਦਾ ਹੋਊਗਾ ਓਏ ਖਰਗੋਸ਼ ਵੀ ਹੈਗੇ ਨਿੱਕੇ ਨਿੱਕੇ ਨੰਨੇ ਮੁੰਨੇ ਖਰਗੋਸ਼ ਇਹ ਆ ਮੇਨ ਗੇਟ ਜਿਹਦੀ ਹੁਣ ਆਪਾਂ ਐਂਟਰ ਹੋਣਾ ਹੈ ਜਿਹੜੇ ਬੈਂਡ ਮਿਲੇ ਸੀ ਉਹ ਮਤਲਬ ਕਿ ਲਗਾ ਰਹੇ ਨੇ ਇਹ ਮੈਮ ਇਹ ਕਦ ਤੋਂ ਲਗਾਉਂਦੇ ਨੇ ਜਾਦੂਗਰ ਜਾਦੂਗਰ ਉਹ ਜਾਦੂਗਰ ਬੈਠਾ ਵੀ ਹੋ ਕਿਆ ਦਿਖਾਏਂਗੇ ਸਰ ਆਪ ਇਹ ਮੈਜਿਕ ਸ਼ੋਅ ਹੈ ਸਰ ਅੱਛਾ ਪੈਸੇ ਲਗਤੇ ਹੈ ਨਹੀਂ ਨਹੀਂ ਸਰ ਫ੍ਰੀ ਹੈ ਤੋ ਦਿਖਾਓ ਨਾ ਹਮੇ ਹਮਨੇ ਦੇਖਣਾ ਹੈ ਅੱਛਾ ਚਲੋ ਠੀਕ ਹੈ
ਮੈਂ ਕੱਲਾ ਹੀ ਵੇਖ ਲੱਗਾ ਵੇਖਦੇ ਆ ਕੀ ਜਾਦੂ ਕਰਕੇ ਵਿਖਾਉਂਦਾ ਹੈ ਸਰ ਮੈਡਮ ਇਹ ਜਾਦੂ ਕਾ ਛੜੀ ਹੈ ਦੇਖੋ ਸਰ ਮੈਡਮ ਹੱਥ ਖਾਲੀ ਹੈ ਜਾਦੂ ਕਾ ਛੜੀ ਦੇਖੋ ਮੈਡਮ ਯਹਾਂ ਪਰ ਘਿਸ ਦੇਂਗੇ ਹਥੇਲੀ ਪਰ ਘਿਸ ਦੇਂਗੇ ਮਿੱਟੀ ਉਠਾ ਕੇ ਬੋਲ ਦੇਂਗੇ ਮੁਰੇ ਲੈਕਰ ਆਓ ਨਾਲ ਦੀ ਤਾਂ ਫੋਨ ਆਉਣ ਦੇ ਲੱਗਦਾ ਨੂੰ ਤੁਹਾਡਾ ਭਲਾ ਜੇ ਬੜੇ ਬੜੇ ਸਰ ਮੈਡਮ ਲੋਕ ਕਲਾਕਾਰੀ ਦੇਖ ਰਹੇ ਹੈ ਕਲਾਕਾਰੀ ਕੀ ਕਦਰ ਕਰਕੇ ਜਾਏਂਗੇ ਦੇਖੀਏ ਸਰ ਮੈਡਮ ਜੇ ਬਾਹਰ ਆ ਰਿਹਾ ਹੈ ਔਰ ਦੇਖੀਏ ਮੈਡਮ ਸਰ ਇਸ ਦਾ ਨਾਮ ਹੈ ਸਹਿਜਾਦ ਕਿਆ ਨਾਮ ਹੈ ਸਰ ਮੈਡਮ ਸਹਿਜਾਦ ਸਹਿਜਾਦ ਚਲੋ ਭਾਈ ਸਹਿਜਾਦ ਬਾਹਰ ਆ ਜਾ ਬੜੇ ਬੜੇ ਸਰ ਮੈਡਮ ਲੋਕ ਕਲਾਕਾਰੀ ਕੀ ਕਦਰ ਕਰਕੇ ਜਾਏਂਗੇ ਠਹਿਰੋ ਦੇਖੋ ਸਰ ਮੈਡਮ ਇਹ ਨਹਿਰੂ ਦੀਨ ਦੇਖੋ ਮੈਡਮ ਸਰ ਨਹਿਰੂ ਦੀਨ ਲਹਿਰ ਮੇ ਆ ਗਿਆ ਜੇ ਪਕੜ ਲਿਆ ਦੇਖੋ ਮੈਡਮ ਸਰ ਇਹ ਕਪੜਾ ਅਲੱਗ ਠਹਿਰ ਜਾ ਉਹ ਤੇਰਾ ਭਲਾ ਜੇ ਆਓ ਦੇਖੋ ਸਰ ਕਬੂਤਰ ਟੋਕਰੀ ਅਲੱਗ ਦੇਖੋ ਸਰ ਉੱਪਰ ਫੇਕਿੰਗੇ ਉੜ ਜਾਏਗਾ ਨੀਚੇ ਫੇਕਿੰਗੇ ਮਰ ਜਾਏਗਾ ਸਰ ਕਲਾਕਾਰੀ ਦੇਖੋ ਸਿੰਗਲ ਕਬੂਤਰ ਕਾ ਦੇਖੋ ਸਰ ਜੋੜਾ ਬਨੇਗਾ ਜੋੜਾ ਲੈ ਕੇ ਆਓ ਨਹਿਰੂ ਦੀਨ ਮੁਰ ਰੇਟ ਬੜੇ ਬੜੇ ਸਰ ਮੈਡਮ ਲੋਕ ਕਲਾਕਾਰੀ ਦੇਖ ਰਹੇ ਹੈ ਕਲਾ ਕੀ ਕਦਰ ਕਰਕੇ ਜਾਏਂਗੇ ਕੈਸਾ ਜੋੜਾ ਬਨਾਇਆ ਹੈ ਬਾਹਰ ਲੈ ਕੇ ਆਓ ਜੇ ਉਹ ਲਈਆ ਕੀ ਉਹ ਤੇਰਾ ਭਲਾ ਜੇ ਕੀ ਇੱਥੋਂ ਪਤਾ ਲੱਗਦਾ ਵੀ ਕਬੂਤਰ ਵੀ ਦੋ ਹੋ ਗਏ ਆ ਅਸੀਂ ਅਜੇ ਵੀ ਸਿੰਗਲ ਹੀ ਆ ਬਹੁਤ ਵਧੀਆ ਥੈਂਕ ਯੂ ਤੂੰ ਮੇਰਾ ਪੁੱਤਰ ਛੁੱਟੀ ਕਰ ਚੱਲ ਐਡਾ ਵੱਡਾ ਮੰਜਾ 15 20 ਜਣੇ ਸੌ ਸਕਦੇ ਮੇਰੇ ਹਿਸਾਬ ਨਾਲ ਜਿੱਡਾ ਵੱਡਾ ਮੰਜਾ ਹੈ ਤੇ ਲਿਖਿਆ ਏ ਕਿਰਪਾ ਕਰਕੇ ਮੰਜੇ ਉੱਤੇ ਚੜਨ ਤੋਂ ਪਹਿਲਾਂ ਜੁੱਤੇ ਉਤਾਰ ਲਓ ਜੀ ਅਸੀਂ ਨਹੀਂ ਉਤਾਰਨੇ ਸਾਡੇ ਨਾ ਓਏ ਵਾ 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 ਸਹੀ ਗੱਲ ਜੇ ਸੋ ਇੱਧਰ ਆਪਾਂ ਚੱਲਦੇ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਹੋ ਠੀਕ ਹੋ ਵਾਓ ਲੱਸੀ ਇਹ ਫ੍ਰੀ ਆ ਸੋ ਗਾਈਸ ਅੱਜ ਗਰਮੀ ਵੀ ਬਹੁਤ ਜ਼ਿਆਦਾ ਹੈ ਅਤੇ ਆਂਟੀਆਂ ਲਾ ਰਹੀਆਂ ਹੈ ਮੱਕੀ ਦੀ ਰੋਟੀ ਅਤੇ ਸਾਗ ਅਤੇ ਲਿਆਓ ਜੀ ਮੱਕੀ ਦੀ ਰੋਟੀ ਅਤੇ ਸਾਗ ਨਾਲ ਲੱਸੀ ਆ ਅਤੇ ਗੁੜ ਵੀ ਹੈ ਹਾਂਜੀ ਠੀਕ ਹੋ ਸੋ ਆਪਾਂ ਖਾਂਦੇ ਹਾਂ ਜੀ ਸਾਗ ਅਤੇ ਮੱਕੀ ਦੀ ਰੋਟੀ ਉਹ ਵੀ ਕੂਲਰ ਦੇ ਥੱਲੇ ਥੱਲੇ ਨਹੀਂ ਅੱਗੇ ਖਲੋ ਕੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਸੋ ਗਾਈਸ ਵੇਖਦੇ ਹਾਂ ਮੈਂ ਖਾ ਕੇ ਦੱਸਦਾ ਕਿਸ ਤਰ੍ਹਾਂ ਦੀ ਆ ਅਤੇ ਸਾਗ ਅਤੇ ਮੱਕੀ ਦੀ ਰੋਟੀ ਖਾ ਲਈ ਹੋਈ ਆ ਕਈ ਵਾਰੀ ਆਪਾਂ ਕੀ ਕਰਦੇ ਹਾਂ ਖਾ ਕੇ ਅਤੇ ਟੇਬਲਾਂ ਦੇ ਉੱਤੇ ਰੱਖ ਜਾਂਦੇ ਹਾਂ ਪਲੀਜ਼ ਰਿਕੁਐਸਟ ਆ ਜ਼ਿਆਦਾ ਦੂਰ ਨਹੀਂ ਡਸਟਬਿਨ ਕੋਲ ਹੀ ਆ ਅਤੇ ਜ਼ਰੂਰ ਡਸਟਬਿਨ 'ਚ ਸੁੱਟ ਦਿਆ ਕਰੋ ਕਿਉਂਕਿ ਜਿਹੜੇ ਇੱਥੇ ਵਿਚਾਰੇ ਵਰਕਰ ਜੋਬ ਕਰਦੇ ਨੇ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਆ ਅਤੇ ਜ਼ਿਆਦਾ ਦੂਰ ਤਾਂ ਨਹੀਂ ਕਹਿ ਸਕਦੇ ਜਾਂ ਤਾਂ ਕਿਤੇ ਬਾਹਰ ਹੋਵੇ ਫਿਰ ਵੀ ਕਹਿ ਦਾਂਗੇ ਕਿ ਬਹੁਤ ਦੂਰ ਆ ਡਸਟਬਿਨ ਆਪਾਂ ਸੁਣ ਸਕਦੇ ਸੋ ਗੱਲ ਕਰਦੇ ਹਾਂ ਆਂਟੀ ਬਹੁਤ ਸਵਾਦ ਸੀ ਮੱਕੀ ਦੀ ਰੋਟੀ ਸਾਗ ਅਤੇ ਬੜਾ ਔਖਾ ਆ ਸਾਰਾ ਦਿਨ ਸੇਕ ਦੇ ਅੱਗੇ ਬਹਿਣਾ ਪਰ ਮਿਹਨਤ ਬੋਲਦੀ ਹੈ ਤੁਹਾਡੀ ਬਹੁਤ ਵਧੀਆ ਲੱਗਾ ਖਾ ਕੇ ਧੰਨਵਾਦ ਜੀ ਸਾਰਿਆਂ ਦਾ ਇਸ ਕਮਰੇ ਦੇ ਵਿੱਚ ਸਿੰਦਰੀਆਂ ਵਗੈਰਾ ਲੱਗੀਆਂ ਹੋਈਆਂ ਆ ਅਤੇ ਪੁਰਾਣੇ ਭਾਂਡੇ ਲੱਗੇ ਹੋਏ ਆ ਅਤੇ ਆਹ ਕੁਰਸੀਆਂ ਵਾਓ ਅਤੇ ਪੁਰਾਣਾ ਮੰਜਾ ਪੁਰਾਣੀ ਵਾਇਰਿੰਗ ਕਿਹਦੇ ਕਿਹਦੇ ਘਰ ਇੱਦਾਂ ਦੀ ਹੈਗੀ ਸੀ ਸਾਰੇ ਜਾਣੇ ਜ਼ਰੂਰ ਕਮੈਂਟਾਂ 'ਚ ਦੱਸਿਓ ਮੈਨੂੰ ਕਿਉਂਕਿ ਮੈਂ ਤਾਂ ਆਪਣੇ ਹੋਸ਼ ਦੇ ਵਿੱਚ ਵੇਖੀ ਹੋਈ ਆ ਸਾਡੇ ਘਰ ਹੁੰਦੀ ਸੀ ਪੁਰਾਣੀ ਵਾਇਰਿੰਗ ਇਹਨੂੰ ਕਹਿੰਦੇ ਆ ਠੀਕ ਹੈ ਇਹ ਪਿੰਨਾਂ ਦੇ ਨਾਲ ਵਾਇਰਿੰਗ ਕੀਤੀ ਜਾਂਦੀ ਹੁੰਦੀ ਸੀ ਪੁਰਾਣੀ ਵਾਇਰਿੰਗ ਆ ਬਹੁਤ ਹੋਲਡਰ ਵੀ ਪੁਰਾਣਾ ਹੀ ਲੱਗਾ ਲੈ ਕਿਆ ਬਾਤ ਹੈ ਅਤੇ ਛੱਤਾਂ ਵੀ ਇੱਦਾਂ ਦੀਆਂ ਹੁੰਦੀਆਂ ਸੀ ਪਹਿਲੇ ਵਧੀਆ ਚੀਜ਼ਾਂ ਆ ਮਤਲਬ ਕਿ ਆਰਟੀਫਿਸ਼ਲ ਨਹੀਂ ਕਹਿ ਸਕਦੇ ਓਰੀਜਨਲ ਲੱਗ ਰਹੀਆਂ ਨੇ ਸਾਰੀਆਂ ਠੀਕ ਹੈ ਉਹ ਕਲੋਕ ਇਹ ਵੀ ਮੈਂ ਵੇਖਿਆ ਹੋਇਆ ਅਤੇ ਆਹ ਨਹੀਂ ਮੈਂ ਵੇਖੀ ਸੰਦੂਕ ਜਿਹਾ ਆਹ ਨਹੀਂ ਮੈਂ ਵੇਖਿਆ ਅਪਰਾਤਾ ਪਰੂਤਾ ਜਿਹਾ ਵੀ ਵੇਖਿਆ ਮੈਂ ਆਹ ਵੀ ਵੇਖਿਆ ਮੈਂ ਅਤੇ ਆਹ ਵੀ ਨਹੀਂ ਮੈਂ ਵੇਖਿਆ ਸੋ ਗਾਈਸ ਇੱਥੇ ਇੱਕ ਬਹੁਤ ਵਧੀਆ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲੀ ਹੈ ਸਾਡਾ ਪਿੰਡ ਦੇ ਵਿੱਚ ਪੁਰਾਣੇ ਓਲਡ ਸਮੇਂ ਦੇ ਵਿੱਚ ਜਿਹੜੇ ਗਾਣੇ ਵੱਜਦੇ ਹੁੰਦੇ ਸੀ ਉਹਨਾਂ ਦਾ ਆ ਵਾਹ ਜੀ ਵਾਹ ਸੋ ਦੇਖਦੇ ਅੰਦਰ ਕੀ ਆ ਸਤਿ ਸ਼੍ਰੀ ਅਕਾਲ ਭਾਈ ਇੱਥੇ ਬੈਠ ਕੇ ਵੇਖ ਸਕਦੇ ਹਾਂ ਕੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਹੈ ਉਧਰ ਵੀ ਜਾਵਾਂਗੇ ਪਹਿਲਾਂ ਆਪਾਂ ਇੱਧਰ ਹੋਈਏ ਵਾਹ ਇੱਥੇ ਪਾਣੀ ਜਾਇਆ ਓਏ ਕਿਆ ਬਾਤ ਹੈ ਮੇਰੇ ਲਈ ਬੰਦ ਹੀ ਹੋ ਗਿਆ ਮੈਂ ਤੇਰਾ ਕੀ ਵਿਗਾੜਿਆ ਹਰ ਵਾਰੀ ਮੇਰੇ ਵਾਰੀ ਚੀਜ਼ ਬੰਦ ਹੋਈ ਦੀ ਆ ਸੋ ਗਾਈਸ ਆਪਾਂ ਇਹ ਵੇਖ ਸਕਦੇ ਹਾਂ ਇਹ ਹੈਗਾ ਆ ਸਗਣਾ ਦੀ ਫੁਲਕਾਰੀ ਮਤਲਬ ਸ਼ੋਪ ਹੀ ਕਹਿ ਸਕਦੇ ਇਹਨਾਂ ਨੂੰ ਆਈ ਥਿੰਕ ਸ਼ੋਪ ਆ ਪੁਰਾਣੇ ਬਰਤਨ ਪਏ ਹੋਏ ਆ ਅਤੇ ਕਾਨਿਆਂ ਦੀ ਛੱਤ ਆ ਅਤੇ ਇੱਥੇ ਆਂਟੀ ਇਹ ਕੀ ਕਰਦੇ ਪਏ ਜੇ ਫੁਲਕਾਰੀ ਦਾ ਡਿਜ਼ਾਇਨ ਕੱਢਦੇ ਪਏ ਨੇ ਉਹ ਵੀ ਹੱਥਾਂ ਨਾਲ ਅਤੇ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਮਸ਼ੀਨਾਂ ਦੇ ਨਾਲ ਨਿਕਲਦੇ ਬਟ ਇਹ ਹੱਥਾਂ ਨਾਲ ਕਰਦੇ ਪਏ ਨੇ ਇਹ ਵੀ ਹੱਥ ਦੀ ਬਣੀ ਹੋਈ ਆ ਇਹ ਵੀ ਹੱਥ ਦੀ ਬਣੀ ਹੋਈ ਆ ਇਹ ਪੁਰਾਣੇ ਬਰਤਨ ਨੇ ਬਿਲਕੁਲ ਓਰੀਜਨਲ ਇਹਨਾਂ ਨੂੰ ਆਪਾਂ ਆਰਟੀਫਿਸ਼ਲ ਨਹੀਂ ਕਹਿ ਸਕਦੇ ਓਰੀਜਨਲ ਬਰਤਨ ਨੇ ਪਿੱਤਲ ਦੇ ਇਹ ਵੀ ਪਿੱਤਲ ਦੇ ਬਰਤਨ ਇਹ ਕਾਲਾ ਕਿਉਂ ਆ ਪਿੱਤਲ ਦਾ ਕਿ ਹੈ ਹੀ ਪਿੱਤਲ ਇੱਦਾਂ ਦੀ ਅੱਛਾ ਪੁਰਾਣਾ ਕਾਲਾ ਹੋ ਜਾਂਦਾ ਪਿੱਤਲ ਸੋ ਬਹੁਤ ਹੀ ਪਿਆਰਾ ਕਮਰਾ ਇਹਨਾਂ ਨੂੰ ਕਹਿ ਸਕਦੇ ਆਪਾਂ ਇਹ ਫੁਲਕਾਰੀ ਘਰ ਹੈ ਗਾਈਸ ਇਹ ਹੈਗਾ ਆ ਸਰਦਾਰ ਲਾਭ ਸਿੰਘ ਨੰਬਰਦਾਰ
ਨੰਬਰਦਾਰ ਦਾ ਘਰ ਆ ਨੰਬਰਦਾਰ ਬੈਠਾ ਸੋ ਆਓ ਆਪਾਂ ਚੱਲਦੇ ਅੰਦਰ ਹੈਗੀ ਆ ਪੁਰਾਣੀ ਕਾਨਿਆਂ ਦੀ ਛੱਤ ਐਗਜ਼ੈਂਪਲ ਦਿੱਤੀ ਹੋਈ ਆ ਜਿੱਦਾਂ ਪੁਰਾਣੀ ਕਾਨਿਆਂ ਦੀ ਛੱਤ ਹੁੰਦੀ ਸੀ ਅਤੇ ਥੱਲੇ ਮੱਝਾਂ ਬੰਨੀਆਂ ਹੁੰਦੀਆਂ ਸੀ ਕੱਟੀਆਂ ਬੰਨੀਆਂ ਹੁੰਦੀਆਂ ਸੀ ਇਹ ਉਹ ਆ ਅਤੇ ਇਹਨੂੰ ਆਪਾਂ ਤੂੜੀ ਵਾਲਾ ਅੰਦਰ ਵੀ ਕਹਿ ਸਕਦੇ ਹਾਂ ਕਿਉਂਕਿ ਇਹ ਚੀਜ਼ਾਂ ਮੈਂ ਵੇਖੀਆਂ ਹੋਈਆਂ ਆ ਸਾਰੀਆਂ ਨਹੀਂ ਮੈਂ ਕਹਿੰਦਾ ਮੈਂ ਕੁਝ ਚੀਜ਼ਾਂ ਇਹ ਵੇਖੀਆਂ ਹੋਈਆਂ ਆ ਆਪਣੇ ਪਿੰਡ ਹੁਣ ਤਾਂ ਚਲੋ ਸਮੇਂ ਦੇ ਨਾਲ ਨਾਲ ਸਾਰਾ ਕੁਛ ਖਤਮ ਹੁੰਦਾ ਜਾ ਰਿਹਾ ਇਹ ਵੀ ਇਹਨਾਂ ਨੇ ਮਤਲਬ ਕੁਝ ਚੀਜ਼ਾਂ ਓਰੀਜਨਲ ਆ ਕੁਝ ਚੀਜ਼ਾਂ ਆਰਟੀਫਿਸ਼ਲ ਆ ਅਤੇ ਇਹਨਾਂ ਨੇ ਦਿਖਾਈਆਂ ਹੋਈਆਂ ਆ ਇਹ ਪੁਰਾਣਾ ਸੰਦੂਕ ਆ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਇਹਦੇ ਵਿੱਚ ਆਪਾਂ ਕਣਕ ਪਾਈ ਦੀ ਆ ਠੀਕ ਹੈ ਜਦੋਂ ਇਹਨੂੰ ਘੇੜੀਦਾ ਆ ਇਹ ਦੋ ਪੀਸ ਹੁੰਦੇ ਆ ਇੱਥੇ ਪੱਥਰ ਦੇ ਇਹ ਪੀਸ ਕੇ ਅਤੇ ਆਟਾ ਬਣ ਕੇ ਆਉਂਦਾ ਆ ਬਟ ਇਹ ਬਹੁਤ ਵਧੀਆ ਹੁੰਦਾ ਤੁਹਾਡਾ ਭਲਾ ਕਿਸੇ ਨੇ ਨਹੀਂ ਵੇਖਿਆ ਇਹ ਰੂਮ ਹੈ ਵਾਓ ਕਿੱਡਾ ਸੋਹਣਾ ਟਾਈਮ ਪੀਸ ਲੱਗਾ ਹੋਇਆ ਅਤੇ ਇਹ ਹੈਗਾ ਆ ਰੇਡੂਆ ਆ ਟੈਲੀਵਿਜ਼ਨ ਮੈਂ ਵੇਖਿਆ ਸ਼ਟਰ ਵਾਲਾ ਟੈਲੀਵਿਜ਼ਨ ਇਹਨੂੰ ਕਹਿੰਦੇ ਸੀ ਅਤੇ ਇਹ ਤਾਂ ਨਹੀਂ ਮੈਨੂੰ ਪਤਾ ਕੀ ਆ ਔਰ ਟਰੰਕ ਹੈ ਮੰਜਾ ਹੈ ਉਹ ਇਹਨਾਂ ਨੂੰ ਦੇਗਾ ਕਹਿਆ ਜਾਂਦਾ ਦੇਗਾ ਅਤੇ ਡੋਣਾ ਜਿਹ 'ਚ ਦੁੱਧ ਪੁਰਾਣਾ ਲਿਆਈ ਜਾਂਦਾ ਸੀ ਦੁੱਧ ਉਹ ਵੀ ਡੋਣਾ ਹੈ ਅਤੇ ਇੱਧਰ ਪੁਰਾਣਾ ਤਖ਼ਤ ਪੋਸ਼ ਕਹਿ ਸਕਦੇ ਇਹਨੂੰ ਸੰਦੂਕ ਆਓ ਹੁਣ ਅੱਗੇ ਜਾਂਦੇ ਸੋ ਗਾਇਸ ਇੱਥੇ ਪਹੁੰਚ ਚੁੱਕੇ ਹਾਂ ਜੁਲਾਹਾ ਮਤਲਬ ਕਿ ਨਾਮ ਹੈ ਘਰ ਦਾ ਜਿੱਥੇ ਪੁਰਾਣੇ ਦਰੀਆਂ ਜਿਹੜੇ ਬੁਣਦੇ ਹੁੰਦੇ ਸੀ ਦਰੀਆਂ ਇਹ ਹੱਥ ਨਾਲ ਹੀ ਬੁਣਦੇ ਆਈ ਥਿੰਕ ਅਤੇ ਪੈਰ ਨਾਲ ਚੱਲਦੀ ਮਸ਼ੀਨ ਇਹ ਅਤੇ ਪੀਓ ਪੀਓ ਚਾਹ ਕੋਈ ਚੱਕਰ ਨਹੀਂ ਹੈਂ ਚਲਾ ਕੇ ਵਿਖਾ ਹੀ ਦਿਓ ਚਾਹ ਪੀ ਲੈ ਕੇ ਚਾਹ ਪੀ ਲਓ ਕੋਈ ਚੱਕਰ ਨਹੀਂ ਸੋ ਗਾਇਸ ਆਹੋ ਨਹੀਂ ਤੁਸੀਂ ਚਾਹ ਪੀਓ ਆਪਾਂ ਜਦੋਂ ਆਉਂਦੀ ਰਹੀ ਆਵਾਂਗੇ ਉਦੋਂ ਵੇਖ ਲਾਂਗੇ ਆਓ ਗਾਇਸ ਆਪਾਂ ਹੁਣ ਅੱਗੇ ਚੱਲਦੇ ਹਾਂ ਕਿਉਂਕਿ ਪਾਪਾ ਜੀ ਉਹਨਾਂ ਨੂੰ ਪੀਂਦੀ ਹੈ ਚਾਹ ਜ਼ਰੂਰ ਗੱਲ ਖਾਣੀ ਆ ਬਾਅਦ ਸੋ ਗਾਇਸ ਇਹ ਪੁਰਾਣਾ ਚੌਂਕਾ ਪਿੰਡਾਂ ਦੇ ਵਿੱਚ ਹੁੰਦਾ ਸੀ ਮਿੱਟੀ ਦਾ ਬਣਿਆ ਆਈ ਥਿੰਕ ਇਹ ਤਾਂ ਸੀਮੈਂਟ ਦਾ ਹੈ ਪੁਰਾਣਾ ਚੌਂਕਾ ਇਹਨੂੰ ਕਹਿ ਸਕਦੇ ਹਾਂ ਵਾਓ ਚੁੱਲ੍ਹਾ ਕਿੱਡਾ ਸੋਹਣਾ ਬਣਿਆ ਇਹ ਪੁਰਾਣੇ ਬਰਤਨ ਪਏ ਹੋਏ ਇੱਥੇ ਬਰਤਨ ਇਹਨਾਂ ਨੇ ਹਰ ਜਗ੍ਹਾ ਉੱਤੇ ਰੱਖੇ ਹੋਏ ਨੇ ਹੈ ਨਾ ਹੈ ਵੀ ਓਰੀਜਨਲ ਨੇ ਸੋ ਗਾਇਸ ਇਹ ਹੈਗਾ ਆ ਪਰਾਂਦਾ ਘਰ ਇਹਨੂੰ ਕਹਿੰਦੇ ਪਰਾਂਦਾ ਘਰ ਜਿੱਦਾਂ ਪੁਰਾਣੇ ਸਾਡੇ ਕਰਦੇ ਹੁੰਦੇ ਨਾ ਲੇਡੀਜ਼ ਵਗੈਰਾ ਲੈਂਦੇ ਨੇ ਪਰਾਂਦੇ ਸੋ ਗਾਇਸ ਆਪਾਂ ਇੱਧਰ ਚੱਲਦੇ ਹਾਂ ਇਹ ਹੈਗਾ ਆ ਗੀਤ ਸੰਗੀਤਕਾਰ ਮਤਲਬ ਕਿ ਪਾਪਾ ਜੀ ਹੁਣੀ ਬੈਠੇ ਹੋਏ ਨੇ ਅਤੇ ਪੁਰਾਣੀਆਂ ਕੈਸਟਾਂ ਆ ਜਿਹੜੀਆਂ ਵੀ ਸੀ ਆਰ 'ਤੇ ਲੱਗਦੀਆਂ ਨੇ ਇਹ ਸਾਡੇ ਬਹੁਤ ਹੀ ਮੰਨੇ ਪਰਮੰਨੇ ਕਲਾਕਾਰ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਜਾਣਿਆਂ ਦਾ ਮੈਨੂੰ ਨਾਂ ਪਤਾ ਹੈ ਲਾਈਕ ਓਮਪੁਰੀ ਅਕਸ਼ੇ ਕੁਮਾਰ ਵਿਨੋਦ ਖੰਨਾ ਅਮਰੀਸ਼ ਪੁਰੀ ਅਰੇ ਬਈ ਅਤੇ ਆਹ ਸੰਜੇ ਦੱਤ ਦਾ ਮੇਰੇ ਸਾਹਮਣੇ ਪਾਪਾ ਜੀ ਨੇ ਧਰਮਿੰਦਰ ਤਾਰਾ ਸਿੰਘ ਉਹ ਪੁੱਤਰਾ ਇੱਧਰ ਮੇਰੀ ਫੋਟੋ ਖਿੱਚ ਅਤੇ ਆ ਰਿਸ਼ੀ ਕਪੂਰ ਅਤੇ ਬਾਕੀ ਕਾਫੀ ਫੇਮਸ ਨੇ ਸਾਰੇ ਕਲਾਕਾਰ ਜਿਨ੍ਹਾਂ ਦੇ ਵਿੱਚੋਂ ਕੁਝ ਤੱਕ ਮੈਨੂੰ ਨਾ ਪਤਾ ਵਾਓ ਸਭ ਤੋਂ ਵਧੀਆ ਅਤੇ ਬੈਸਟ ਗੱਲ ਪੁਰਾਣੇ ਕੈਮਰੇ ਜਿਹੜੇ ਪੁਰਾਣੇ ਕੈਮਰੇ ਹੁੰਦੇ ਸੀ ਜਿਹੜੀ ਜਿਹੜੀ ਜਨਰੇਸ਼ਨ ਦੇ ਵਿੱਚ ਪੁਰਾਣੇ ਕੈਮਰੇ ਹੁੰਦੇ ਸੀ ਇਹ ਉਹ ਸਾਰੇ ਆ ਪਲੀਜ਼ ਡੋਂਟ ਟੱਚ ਮਤਲਬ ਖਿੱਲਰ ਸਕਦੇ ਆ ਨਾ ਫਿਰ ਜਿੱਦਾਂ ਪਿੰਡਾਂ ਦੇ ਵਿੱਚ ਸਪੀਕਰ ਲੰਘਣ ਦੇ ਮੰਜਾ ਜੋੜ ਕੇ ਉਸ ਤਰ੍ਹਾਂ ਸ਼ੋਅ ਕੀਤਾ ਹੋਇਆ ਇਹ ਫਿਰ ਅਲਮਾਰੀ ਆ ਗਈ ਭਲਵਾਨ ਜੀ ਆ ਗਏ ਨੇ ਸੋ ਇਹ ਹੈਗਾ ਸੰਗੀਤ ਕਰਦਾ ਆ ਜੋ ਇੱਦਾਂ ਅੰਦਰ ਜਾ ਕੇ ਵੇਖਦੇ ਹਾਂ ਕੀ ਆ ਵਾਓ ਇੱਥੇ ਅਮਰਜੋਤ ਚਮਕੀਲਾ ਜੀ ਦੀ ਲੱਗੀ ਹੋਈ ਆ ਫੋਟੋ ਵਡਾਲੀ ਬ੍ਰਦਰਸ ਉਹਨਾਂ ਦੀ ਫੋਟੋ ਲੱਗੀ ਹੋਈ ਆ ਬਿੰਦਰ ਰੱਖਿਆ ਜੀ ਦੀ ਲੱਗੀ ਹੋਈ ਆ ਕਾਫੀ ਔਰ ਧਰਮਿੰਦਰ ਜੀ ਦੀ ਲੱਗੀ ਹੋਈ ਆ ਮਤਲਬ ਕਿ ਇੱਥੇ ਵੀ ਹੰਸਰਾਜ ਦੀ ਲੱਗੀ ਹੋਈ ਆ ਕਾਫੀ ਫੇਮਸ ਜਿਹੜੇ ਕਲਾਕਾਰ ਉਹਨਾਂ ਦੀ ਪੁਰਾਣਿਆਂ ਦੀ ਫੋਟੋ ਲਾਈ ਹੋਈ ਹੈ ਇਹ ਹੈਗਾ ਆ ਡੈੱਕ ਇਹ ਹੈਗਾ ਹਾਰਮੋਨੀਅਮ ਪੁਰਾਣਾ ਉਹ ਹੈਗਾ ਰੇਡੂਓ ਰੇਡੂਆ ਅਤੇ ਇਹ ਟਿਵਰ ਗਾਰਡ ਹੀ ਆ ਅਤੇ ਉਹ ਸਪੀਕਰ ਇੱਥੇ ਫਿਰ ਪੁਰਾਣੇ ਦਰਵਾਜ਼ੇ ਪਏ ਹੋਏ ਆ ਇੱਥੇ ਵੀ ਪੁਰਾਣੇ ਕੁਝ ਆਰਟੀਫਿਸ਼ਲ ਨਹੀਂ ਆ ਸਾਰਾ ਓਰੀਜਨਲ ਆ ਅਤੇ ਢੋਲਕੀਆਂ ਵਗੈਰਾ ਕਿਰਪਾ ਕਰਕੇ ਸਾਜਾਂ ਨੂੰ ਹੱਥ ਨਾ ਲਾਓ ਜੀ ਅਸੀਂ ਤਾਂ ਲਾਵਾਂਗੇ ਆਵੇ ਲਾਵਾਂਗੇ ਸੋ ਗਾਇਸ ਇਹ ਤਾਂ ਢੋਲ ਕਹਿ ਲਓ ਇਹਨਾਂ ਨੂੰ ਠੀਕ ਹੈ ਹਾਂਜੀ ਵੀਰੇ ਆ ਗਿਆ ਵੀਰੇ ਫੋਟੋਆਂ ਜਿੰਨੀਆਂ ਮਰਜ਼ੀ ਕਹੋ ਕਿੱਦਣ ਕਹੋ ਬਸ ਮੈਨੂੰ ਆਹ ਬਣਾ ਲੈਂਦੋ ਲਾਸਟ ਰਹਿ ਗਿਆ ਸੋ ਗਾਇਸ ਇਹ ਟੇਵਰ ਕਾਰਡ ਆ ਅਤੇ ਉਹ ਵੀ ਮੇਰੇ ਸਾਹਮਣੇ ਹਾਂ ਇਹ ਰਿਕਾਰਡਿੰਗ ਹੁੰਦੀ ਸੀ ਆਹ ਪੀਪਣੀ ਜੀ ਮੂੰਹ 'ਚ ਪਾ ਕੇ ਅਤੇ ਵਜਾਈ ਦੀ ਆ ਸੋ ਚਲੋ ਗਾਇਸ ਇਹ ਹੈਗਾ ਆ ਸਰਪੰਚ ਦਾ ਘਰ ਇਹ ਹੈਗੀ ਖੁਰਲੀ ਜੀ ਇਹ ਕੀ ਆ ਬਾਜਰੇ ਦੀ ਠੀਕ ਹੈ ਜੀ ਗਰਮੀ ਬਹੁਤ ਜ਼ਿਆਦਾ ਆ ਚਲੋ ਪੱਖਾ ਲੱਗਾ ਆ ਥੋੜ੍ਹੀ ਜਿਹੀ ਦਿਓ ਹਾਂ ਸੁਖਾ ਕੇ ਵੇਖਦੇ ਹਾਂ ਟੇਸਟ ਕਰਦੇ ਹਾਂ ਸੋ ਗਾਇਸ ਇਹ ਹੈਗੀ ਹੈ ਬਾਜਰੇ ਦੀ ਖਿਚੜੀ ਬਹੁਤ ਹੀ ਸਵਾਦ ਮੈਂ ਖਾਧੀ ਆ ਸ਼ਗਨ ਦੇ ਗੀਤ ਮਤਲਬ ਸ਼ਗਨ ਦੇ ਗੀਤ ਸੋ ਆਪਾਂ ਚੱਲਦੇ ਅੰਦਰ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਕੱਠੇ ਹੋ ਠੀਕ ਹੈ ਬਸ ਬੈਠੇ ਵੱਖ ਵੱਖ ਨੇ ਠੀਕ ਹੈ ਜੀ ਵਾਹ ਜੀ ਵਾਹ ਕੁਛ ਵਧੀਆ ਜਿਹਾ ਸੁਣਾ ਦਿਓ ਜਿਹੜਾ ਹਾਂਜੀ ਓਏ ਆਪਾਂ ਸਾਰੇ ਅੱਜ ਆਰਟਿਸਟ ਇਕੱਠੇ ਹੋਏ ਹਾਂ ਨਾ
ਘੋੜੀ सो गाइस इत्थे फिर उही देगा पुराना टीवी ए ते साडे घर हुंदा ही इहो जिहा मेरे हिसाब नाल साडे वाला लाए आ ते ए हैगे आ ए मैनू हाँ आ गया चेता इत्थों पता लगा मैनू ए ओह लैटर है मतलब कि इहदे विच अग निकलदी है ते इहदी रोशनी बाहर जांदी है इहनूं लैटर ही कह सकते हैं आपां ते आ हैगे आ घड़े ते पुराने बर्तन पुराना मंजा ठीक है जी ते आ ते उहनां दा हुण दे जमाने दा समान आ चमचे चमचे गला गलू आ फिर परात ओ बाल्टी ते सो बाहर आ जाओ बाहर इत्थे फिर लो मिट्टी दे तेल नाल चलण वाला पखा है पुराने समय दा पूरा ओरिजिनल है नो आर्टिफिशियल नहीं आपां कह सकदे सो एदा ते मैनूं नां नहीं पता की है इह की है अच्छा इह पानी गर्म करन वाला ठीक है जी पुराने जमाने दा गीजर सो इह हैगा रेडुआ ते हाँ ते इह अलमारी ते ओ पुराने समय की घड़ी बर्तन फिर मतलब हर जगह ते बर्तन पुराने रखे हुए आ इन्हां को सब तो ज़्यादा बर्तन है मेरे हिसाब नाल सो तख्त पोश कह सकते इन्हां नूं सो चरखा आंटी कट के विखा दो थोड़ा जिहा मैनूं सो सानूं आंटी जी चरखा कट के विखाउण लगे आ सो साडा पिंड वालिआं ने जिन्ने भी जॉब करन वाले रखे हुए सारे एक्सपर्ट रखे हुए आ हर एक काम च सो पिछे भी तुसीं वेखे हुए सी वाह अजकल दे मेरे सामने साडी जनरेशन च किसी नूं आउंदा नहीं होना एवें जिदा करदे पए ने बहुत सोहना बहुत बहुत धन्नवाद आंटी जी सो ये तख्तपोश है ये फिर बर्तन आ गए ये अलमारी आ उहदे विच फिर बर्तन आ ये की आ इहदा नां की आ ये सेवियां वाली मशीन है ठीक है ये सेवियां वाली मशीन है ये फिर अलमारी ये जिहड़े मंजे बुणदे पए आ ये ओह सेम उहनां दे नाल दे बन गए वेखो किहड़े सोहणे लगदे आ देखो है ना ये बनाते पे ने बहुत मेहनत लगती है भी हथ हाथ की बनी हुई है पीढ़ी इनू कहें इनू मंजा कहें सो इतने फिर वो पुरानी वायरिंग बाली छत सो बहुत वधिया आ जी चाह वास्ते ये चाह बनाने वास्ते पुराने समय के पखियां दी आवाज़ां इदां दीआं हुंदीआं सी आखो महसूस करो इदां हुंदी हुंदी सी आवाज़ यह हैगा डाइनिंग टेबल डाक घर पुराने समय के स्टेडियम के फोन करते थे सर अरे अंजलि अरे आ जा सो गाइस सवाल भी कुछ नहीं और आर्टिफिशियल क्या है यह है यार डाकघर पुराने समय के जिदा होता ही मैं दिखा देवा तुम इनू भी अलमारी कह सकते आप ठीक है तो कागज पत्र मैं विखा जी उर्दू भाषा देखो कागज पत्र पे हुए उर्दू भाषा के ठीक है ए स्टैनो जिदा कचहरिया के होंगे है ना ये मशीन खराब हो गई है तो पुरजे तो मेरे हिसाब ये आ कट के रखे है ये पुराने कागज पत्र ए संदूक ए लाइटा डाकघर के जो सिग्नल लाते होंगे ना आई थिंक वो आ सो तुसी कर रहे की है ठीक है ठीक है मैं बहुत वधिया दस रहा फिर ये मतलब जेडे आप अजकल लेटेस्ट लाने ना पर्चिया 20 रुपए 50 रुपए वाली उदो ये चलदिया होंगे टिकटा वाह क्या बात है गाइस इन्हों बोल दे खड्डिया चादर गलीचे ए वगैरह बन गाइस इधर वेखो मझ दे कट्टे जिड्डा सिर पखे दे मूंह दा इधर भी है गई पता नहीं कित्थों लभ के आ आंटी दे दो बिल्कुल फ्री है सो गाइस ए देखो किड्डा वधिया मतलब फोटो फ्रेम आ तुसी कैमरे च देख सकदे हो स्कूटर आ स्कूटर आई थिंक ओरिजिनल आ ते बंदा बुड्ढी आर्टिफिशियल ने मतलब कि रियल लाइफ दे विच भी जनानियां तंग घर वालियां तों ते इत्थे स्टैचू च भी तंग ने समझ रहे हो समझ रहे हो समझ उस तो बाद इन्हों का मंगलू टांगे वाले का घर बंद आ गया होना कि यह हैगा अमृतसरी मठी छोले
ਇਧਰਲੀ ਸਾਈਡ ਤੇ ਆ ਜਾਓ। ਇਹ ਹੈਗਾ ਆ ਵਾਹ ਟਰੈਕਟਰ ਤੇ, ਤੁਹਾਨੂੰ ਪਤਾ ਇਹਨੂੰ ਮੈਂ ਕਹਿ ਨਹੀਂ ਸਕਦਾ ਵੀ ਪੁਰਾਣੇ ਰਿਵਾਜ ਦਾ, ਇਹ ਹੁਣ ਦੇ ਰਿਵਾਜ ਦਾ ਹੀ ਆ। ਇਹ ਘਰ ਆ, ਇੱਧਰ ਜਾ ਕੇ ਵੇਹਨੇ ਆ ਕਿਉਂਕਿ ਪੈਸੇ ਦਿੱਤੇ ਆ ਪੂਰੇ ਹਰ ਇੱਕ ਥਾਂ 'ਤੇ, ਜਿਹੜਾ ਬੱਲੇ ਬੜਾ ਦਾਜ ਆ ਬੈਠਾ ਮੈਨੂੰ ਡੀਕਣਾ ਜਿੱਦਾਂ। ਓਏ ਆਵਾਜ਼ ਬਣਾ ਲੱਗਦਾ। ਹਾਂਜੀ ਸੋ ਗਾਈਸ, ਇਹ ਸਾਨੂੰ ਬਰਤਨ ਬਣਾ ਕੇ ਵਿਖਾਉਣਗੇ। ਵੈਸੇ ਤਾਂ ਇਹਨਾਂ ਨੇ ਪਹਿਲੇ ਵੀ ਬਣਾਏ ਹੋਏ ਆ, ਵੇਖੋ ਵਹਿੰਦੀ ਬੜਾ ਭੈੜਾ ਮੇਰੇ ਵੱਲ, ਕੀ ਗੱਲ ਆ ਤੈਨੂੰ। ਹਾਂਜੀ ਹਾਂਜੀ करण औजला पिघले रहे हैं, साड़ा पिंड में आ चुके हैं और इधर से हाथ रखो, एक फिंगर रखिए, चलिए चलिए रखिए फर्स्ट फिंगर और निकल फटो, नो प्रेशर नो नो, जेंटली रखो जेंटली। और कौन बनेगा पंडरपति में साड़ा पिंड में हॉट सीट पर, तरसेम जैसल पॉट बना रहे हैं, अमिताभ बच्चन सिखा रहे हैं, इधर वित्त मंत्री निर्मला सीतारमण भी आ गई है, फिर दिखा रही है। क्या कड़ा बनाया है, वेरी नाइस भाई, बहुत ही बढ़िया टैलेंट था आपका। एक हाथ ना मैं ब्लॉग बनाता पिया हाँ, दूसरे हाथ ना मैं भांडे बना पिया हाँ, मेरे जी ना मेहनती कौन होगा, ये भी नहीं है। ओए सर ये बीच में क्या बन गया, वो बीच में क्या बन गया, मिट्टी छोले बना रहे मजाक कर दे मियां साहब, समझ रहे हैं। सो गाइस बहुत वधिया आ, ते मैं हुण ना दूजा कैमरा करना, मेरे लक दा कुब निकल गया जी, अद्धा साडा पिंड घूम लिया सी, कुछ राइड्स वगैरह रह गए, उधर दी साइड ते पंगूड़े वगैरह आई थिंक है गए आ, जिधर देखो ढोल दी आवाज आ रही है। इत्थे मतलब फ्री माइंडेड होके बैठन नू आ, ए गेमां गुमां खेडन नू, मतलब कि तां इधर चढ़ जाओ इधर उतर जाओ, ठीक है। सो इधर हैगा मंजे डके हुए आ, लंबे पैणा लंबे पै सकदे हो तुसीं, वैसे जिन्ना मैं थक गया होया हाँ क्योंकि गर्मी बहुत ज्यादा आ, मैं थक गया हो बहुत ज्यादा, तो लम्बे पैन जी करता पर मैं जो सो गया मुड़के, इन्ह ने ठाते रहना मैं उठना नहीं है, इन्ना भैड़ा सोना मैं। तो उधरली साइड का आई थिंक कुछ दिखा रहे हैं, मैं तुम्हें उधर भी लैके जाना हाँ। इधर है मौत का कूआ इन कह सकते आप, ठीक है। तो इधर भी आ गेम हैगी, गेम बच्चों के खेड लिए बहुत वधिया, सियाने बच्चे जो भी सारे खेल सकते हैं। तो हूँ आप चलते दूसरी साइड से, नाले दिखाना तुम्हें उधर ढोल का क्यों, जो आप टिकट लें एक अपन फन गेम वास्ते कूपन मिलता है, वो जिन्या भी गेम लगी हुई उन्होंने आप एक खेल सकते हैं, जिदा मतलब कि फॉर एग्जाम्पल जी पिस्तौल वाली गेम गोलियां मारने वाली, ये अपन पांच गोलियां मिलनगियां, तो अगे ग्लास भन्नने बोतल के ना वो एक मिलेगी, इदा गेम है जी मर्जी खेल सकते। तो मैं डिसाइड किया हो कि मैं वो खेडांगा शॉट वाली, प्यार मैं कला ही वीर नहीं, टेंशन नहीं लेनी साडे नाल, चलो सत श्रीकाल भाजी, तुम किधर आते जे चला वीर वेखन जी खतरनाक जहा लगे डी होली चला मेरा भरा, चलिए सच्ची गाइस मैं झूठ नहीं बोलना, डर लग गया कला ही है मैं बैठा, जेडे कहते भाजी तेरे नाने उन्होंने च मेनू कोई भी नहीं दिखा दिया, कदी तां कट दे कदी टां कट दे। सो गाइस हुण चले अहीं मौत का कुआ वेखण,
ਅੱਜ ਤੱਕ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਇਹਨਾਂ ਦੇ ਟਾਇਰਾਂ ਨੂੰ ਚੁੰਬਕ ਲੱਗੀ ਹੁੰਦੀ ਹੈ ਯਾਰ। ਅਸੀਂ ਹੁਣ ਉਸ ਸਾਈਡ ਚਲੇ ਜਿਸ ਸਾਈਡ ਖਾਣਾ ਲੱਗਾ ਹੋਇਆ ਰੋਟੀ ਰਾਤ ਦੀ, ਵੇਖਦੇ ਹਾਂ ਰੋਟੀ ਦੇ ਵਿੱਚ ਕੀ ਮਿਲਦਾ ਆ, ਉਹ ਇਨਕਲੂਡ ਹੈ ਟਿਕਟ ਦੇ ਵਿੱਚ, ਦੇਖਦੇ ਹਾਂ ਖਾਣ ਨੂੰ ਕੀ ਆ। ਬਾਕੀ ਤੁਹਾਨੂੰ ਆਲਮੋਸਟ ਸਾਰੀ ਰਾਈਡਸ ਵਗੈਰਾ ਖਾ ਦਿੱਤੀਆਂ ਹੋਈਆਂ ਆ, ਅਤੇ ਆਪਾਂ ਹੁਣ ਬਾਕੀ ਵੀ ਦੇਖਦੇ ਹਾਂ। ਸੋ ਗਾਈਜ਼, ਸਫਾਈ ਇੱਕ ਨੰਬਰ ਆ, ਸਫਾਈ ਬਹੁਤ ਜ਼ਿਆਦਾ ਆ, ਅਤੇ ਕਸਟਮਰ ਦੀ ਕੇਅਰ ਵੀ ਬਹੁਤ ਜ਼ਿਆਦਾ ਸਟਾਫ ਕਰਦਾ ਆ, ਆਲਮੋਸਟ ਸਟਾਫ ਸਾਰਾ ਨਾਈਸ ਹੈ। ਅਤੇ ਹੁਣ ਦੋ ਆਪਸ਼ਨ ਆਪਣੇ ਕੋਲ, ਆਪਾਂ ਰੋਟੀ ਟੇਬਲ 'ਤੇ ਵੀ ਮੰਗਵਾ ਸਕਦੇ ਹਾਂ ਅਤੇ ਰੋਟੀ ਆਪਾਂ ਉੱਥੇ ਜਾ ਕੇ ਵੀ ਖਾ ਸਕਦੇ, ਟੇਬਲ 'ਤੇ ਲੱਗੀ ਹੋਈ ਆ। ਸੋ ਮੈਂ ਮੰਗਵਾਈ ਹੋਈ ਆ ਟੇਬਲ 'ਤੇ, ਟੇਬਲ 'ਤੇ ਖਾਂਦੇ ਹਾਂ। ਵੀਰੇ ਹੁਣੀ ਟੇਬਲ 'ਤੇ ਰੋਟੀ ਲੈ ਕੇ ਆਉਂਦੇ ਆ, ਆਉਣ ਲੱਗੇ ਆ, ਵੇਖਦੇ ਹੁਣ ਥਾਲੀ ਦੇ ਵਿੱਚ ਕੀ ਆ, ਫਿਰ ਤੁਹਾਨੂੰ ਥਾਲੀ ਦੇ ਖੋਲ੍ਹਦੇ। ਸੋ ਗਾਈਜ਼, ਰੋਟੀ ਆ ਚੁੱਕੀ ਆ, ਰੋਟੀ ਦੇ ਵਿੱਚ ਇੱਕ ਥਾਲੀ ਹੈ, ਥਾਲੀ ਦੇ ਨਾਲ ਇਹ ਦਾਲ, ਇਹ ਕੋਫਤੇ, ਰਾਜਮਾਂਹ, ਪਨੀਰ, ਦਹੀਂ, ਸਲਾਦ, ਚੌਲ, ਪਾਪੜ, ਸੈਲਡ ਅਤੇ ਰੋਟੀ ਮਿਲੇਗੀ, ਬਹੁਤ ਵਧੀਆ, ਅਤੇ ਟਿਕਟ ਦੇ ਵਿੱਚ ਇਨਕਲੂਡ ਆ, ਬਹੁਤ ਵਧੀਆ। ਮੈਂ ਹੁਣ ਖਾ ਕੇ ਦੱਸਦਾ ਅਤੇ ਫਿਰ ਐਕਸਪੀਰੀਅੰਸ ਦੱਸਦਾ ਕਿਸ ਤਰ੍ਹਾਂ ਦਾ ਰਿਹਾ। ਰੋਟੀ ਖਾਣ ਤੋਂ ਬਾਅਦ ਸਵੀਟ ਡਿਸ਼ ਦਿੰਦੇ ਨੇ, ਕਿਸ ਤਰ੍ਹਾਂ ਫਿਰਨੀ ਦਾ ਨਾਮ ਹੈ, ਮੈਂ ਫਸਟ ਟਾਈਮ ਖਾ ਲੱਗਾ ਅਤੇ ਤੁਹਾਨੂੰ ਖਾ ਕੇ ਦੱਸਦਾ ਕੀ ਚੀਜ਼ ਹੈ। ਸੋ ਗਾਇਸ, ਜਿੰਨਾ ਵੀ ਸਾਡਾ ਪਿੰਡ ਦੇ ਅੰਦਰ ਦੇਖਣ ਨੂੰ ਹੈਗਾ ਸੀ, ਮੈਂ ਸਾਰਾ ਕੁਛ ਵਿਖਾ ਦਿੱਤਾ ਆ ਤੁਹਾਨੂੰ, ਰਾਈਡਸ ਵਗੈਰਾ ਵੀ, ਜਿੰਨੇ ਵੀ ਘਰ ਬਣੇ ਹੋਏ ਆ ਉਹ ਵੀ ਵਿਖਾ ਦਿੱਤੇ ਹੋਏ ਆ, ਰੋਟੀ ਵਿੱਚ ਖਾਣ ਨੂੰ ਕੀ ਹੈ। ਟਿਕਟ ਪ੍ਰਾਈਜ਼ ਤੁਹਾਨੂੰ ਮੈਂ ਫਿਰ ਤੋਂ ਦੱਸ ਦੇਵਾਂ ਕਿ ਟਿਕਟ ਪ੍ਰਾਈਜ਼ ਹੈਗਾ ਹੈ 1% ਦਾ, 750 ਰੁਪਿਆ, ਜਿਹਦੇ ਵਿੱਚ ਇਨਕਲੂਡ ਰੋਟੀ ਮਿਲੇਗੀ, ਠੀਕ ਹੈ ਜੀ। ਅਤੇ 10 ਵਜੇ ਤੱਕ ਓਪਨ ਹੁੰਦਾ ਰਾਤ ਦੇ, ਅਤੇ ਤੁਸੀਂ ਇਨਕਲੂਡ ਵਿੱਚ ਰੋਟੀ ਖਾ ਸਕਦੇ ਅਤੇ 2 ਰਾਈਡਸ ਮਿਲਣਗੀਆਂ, ਠੀਕ ਹੈ। ਇੱਕ ਗੇਮ ਖੇਡ ਸਕਦੇ ਜੀ, ਦੂਸਰਾ ਤੁਸੀਂ ਝੂਲੇ 'ਤੇ ਝੂਟਾ ਲੈ ਸਕਦੇ ਜੇ, ਅਤੇ ਬਾਕੀ ਜੋ ਵੀ ਅੰਦਰ ਜਿੰਨਾ ਵੀ ਕਰਤੱਵ ਦਿਖਾਉਂਦੇ ਨੇ ਹੈ ਨਾ, ਉਹ ਬਿਲਕੁਲ ਫਰੀ ਆ, ਉਹ ਤੁਹਾਡੀ ਖੁਸ਼ੀ ਆ, ਤੁਸੀਂ ਕਿਸੇ ਨੂੰ ਕੁਝ ਦੇਣਾ ਆ ਠੀਕ ਹੈ, ਨਹੀਂ ਦੇਣਾ ਉਹ ਮੰਗਦੇ ਨਹੀਂ ਆ, ਵੈਸੇ ਕਹਿ ਦਿੰਦੇ ਨੇ ਕਿ ਜੇ ਵਧੀਆ ਲੱਗਾ ਤੁਸੀਂ ਦੇ ਸਕਦੇ ਹੋ। ਸੋ ਗਾਈਸ, ਤੁਸੀਂ ਆਪਣੀ ਮਰਜ਼ੀ ਨਾਲ ਦੇ ਸਕਦੇ ਹੋ, ਅਤੇ ਅਗਰ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦਿਓ, ਅਤੇ ਵੀਡੀਓ ਨੂੰ ਲਾਈਕ ਕਰਿਓ, ਅਤੇ ਕਮੈਂਟਾਂ 'ਚ ਜ਼ਰੂਰ ਦੱਸਿਓ ਕਿੱਦਾਂ ਦਾ ਲੱਗਾ ਵਲੌਗ, ਅਤੇ ਫਿਰ ਮਿਲਦੇ ਹਾਂ ਇੱਕ ਨਵੇਂ ਵਲੌਗ ਦੇ ਨਾਲ, ਆਪਣਾ ਖਿਆਲ ਰੱਖਿਓ, ਲਵ ਯੂ ਸਰ।